वाहे गुरु जी का खालसा, वाहे गुरु जी की फतेह। दास परमजीत सिंह भट्टी, पिंड डसका, जिला संगरूर, तहसील लहरागागा। हर एतवार नूं पिंड डसके दे विच आपां मरीजां नूं मिलदे हां, जिहड़े छोटियां तों लैके वड्डियां बीमारियां दे नाल कई कई सालां तों जूझ रहे आ, ठीक नहीं हो रहे, दवाइयां खा के अक थक चुके आ, कितों भी ठीक ही नहीं हो रहे, दवाई लग ही नहीं रही। तां उह हर एतवार नूं पिंड डसके दे विच मैनूं मिल के अपनी नब्ज दिखा के देसी जड़ी बूटियां दे नाल बनिया हुई दवाइयां दे नाल अपने रोगों का गरंटी नाल इलाज करवा सकते हो। ये जेड़ा डसका पिंड है, ये संगरूर जिले का पिंड है, तहसील है जिहड़ी वो लहरा गागा है, नेड़े शहर बुढ़लाडा भी है, बरेटा शहर भी नेड़े है, सुनाम शहर भी नेड़े है, तो लहरा गागा शहर भी नेड़े है। हर एतवार नूं सवेरे 7 बजे तो लैके शाम दे 7 बजे तक आपां मरीजां नूं मिलदे हां। सो मैनूं मिल के अपने रोगां दा गरंटी दे नाल इलाज करवा सकते हो। सो अज जिस विषय च मैं तुहाडे सामने आया वो है रीढ़ दी हड्डी दे L4 L5 L3 L2 रीढ़ दी हड्डी दे मणकियां दे विच गैप आ जाना जां नस ब्लॉक हो जानी, साष्टिका पेन हो जाना, एक दर्द लत दे विच पूरी दर्द रहनी। सो रीढ़ दी हड्डी दा तुहानू कोई भी नुक्स है, चाहे मणकियां दे विच गैप है, मणके दब गए ने, नसां ब्लॉक ने, नसां दबियां हुई ने, साष्टिका पेन हो गई है, उहदा तुसीं गरंटी दे नाल घर दे विच भी इलाज कर सकते हो। तो हर एतवार नूं पिंड डसके दे विच मैनूं मिल के बिल्कुल गरंटी दे नाल अपने इन्हां रोगां दा इलाज करवा सकते हो। सो इहदे विच जिहड़ियां चीज़ां लैणियां ने ਉਹ ਨੋਟ ਕਰ ਲਓ। ਇਹਦੇ ਵਿੱਚ ਸਿੰਬਲ ਗੂੰਦ ਹੈ ਜਿਹੜੀ ਉਹ ਤੁਸੀਂ ਲੈਣੀ ਹੈ 100 ਗ੍ਰਾਮ, ਲੋਧ ਪਠਾਣੀ ਹੈ ਜਿਹੜੀ ਉਹ ਲੈਣੀ ਹੈ 100 ਗ੍ਰਾਮ, ਪਿਪਲਾ ਮਿੰਟ ਹੈ ਜਿਹੜੀ ਉਹ ਲੈਣੀ ਹੈ ਤੁਸੀਂ 10 ਗ੍ਰਾਮ, ਅਤੇ ਪਿੱਪਲ ਦੀ ਗੂੰਦ ਜਿਹਨੂੰ ਪਿੱਪਲਾ ਲਾਕ ਕਹਿੰਦੇ ਆ ਇਹ ਤੁਸੀਂ ਲੈਣੀ ਹੈ 100 ਗ੍ਰਾਮ, ਅਤੇ ਕੌਂਚ ਦੇ ਬੀਜ ਚਿੱਟੇ ਨੇ ਜਿਹੜੇ ਉਹ ਲੈਣੇ ਨੇ 100 ਗ੍ਰਾਮ, ਸੁਪਾਰੀ ਤੇਲੀਆ ਇਹ ਲੈਣਾ ਤੁਸੀਂ 100 ਗ੍ਰਾਮ, ਇਰਾਨੀ ਅਕਰਕਰਾ ਲੈਣਾ 100 ਗ੍ਰਾਮ, ਅਤੇ ਅਸ਼ਵਗੰਧਾ ਨਗੋਰੀ ਹੈ ਜਿਹੜੀ ਇਹ ਲੈਣੀ ਹੈ 100 ਗ੍ਰਾਮ, ਸ਼ਤਾਵਰ 100 ਗ੍ਰਾਮ, ਭੱਖੜਾ 100 ਗ੍ਰਾਮ, ਅਰਜਨ ਦੀ ਛਾਲ 100 ਗ੍ਰਾਮ, ਕਮਰਕਸ 100 ਗ੍ਰਾਮ, ਅਤੇ ਕਾਲੀ ਮਿਰਚ 100 ਗ੍ਰਾਮ, ਅਜਵੈਣ 50 ਗ੍ਰਾਮ, ਕਿੱਕਰ ਦੀ ਗੂੰਦ ਹੈ ਜਿਹੜੀ ਇਹ ਲੈਣੀ ਹੈ 50 ਗ੍ਰਾਮ, ਅਤੇ ਇਸੇ ਤਰ੍ਹਾਂ ਕਮਰਕਸ ਹੈ ਜਿਹੜਾ 100 ਗ੍ਰਾਮ ਲੈ ਲੈਣਾ, ਲੌਂਗ ਲੈਣੇ ਆ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਰੀਕ ਪਾਊਡਰ ਕਰ ਲੈਣਾ, ਪੀਸ ਲੈਣੀਆਂ ਨੇ। ਉਦੋਂ ਬਾਅਦ ਅਲਸੀ ਦਾ ਤੇਲ ਲੈ ਲੈਣਾ 1 ਲੀਟਰ, ਉਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਸਾਰੀਆਂ ਚੀਜ਼ਾਂ ਨੂੰ। ਇਹ ਬਣਾ ਕੇ ਇੱਕ ਪਾਕ ਜਿਹਾ ਬਣ ਜਾਏਗਾ, ਜਾਂ ਕਹਿ ਲਓ ਇੱਕ ਚਮਨਪ੍ਰਾਸ਼ ਦੀ ਤਰ੍ਹਾਂ ਬਣ ਜਾਏਗਾ। ਇਹਦਾ 1 ਚਮਚ ਸਵੇਰੇ ਖਾਲੀ ਪੇਟ 1 ਗਲਾਸ ਦੁੱਧ ਦੇ ਨਾਲ ਲੈਣਾ, 1 ਚਮਚ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਫਿਰ ਗਰਮ ਦੁੱਧ ਦੇ ਨਾਲ ਇਹਦਾ ਲੈਣਾ ਇਸ ਪੇਸਟ ਦਾ। ਇਹ ਲਗਾਤਾਰ 2 ਮਹੀਨੇ ਤੁਸੀਂ ਵਰਤ ਲਓ। ਜ਼ਿੰਦਗੀ ਦੇ ਵਿੱਚ ਤੁਹਾਨੂੰ ਜੇ ਕੋਈ ਰੀੜ੍ਹ ਦੀ ਹੱਡੀ ਦੀ ਬਿਮਾਰੀ ਰਹਿ ਜੇ ਤਾਂ ਉਹਦੇ ਵਾਸਤੇ ਤੁਸੀਂ ਮੈਨੂੰ ਜਦੋਂ ਮਰਜ਼ੀ ਫੜ ਸਕਦੇ। ਸੋ ਇਸ ਕਰਕੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ, ਮਰੀਜ਼ਾਂ ਨੂੰ ਦਵਾਈ ਦਿੰਦੇ ਹਾਂ। ਤੁਸੀਂ ਮੈਨੂੰ ਮਿਲ ਕੇ ਆਪਣੇ ਵੱਡੇ ਤੋਂ ਵੱਡੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ। ਸੋ ਬਾਕੀ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਇਹ ਡਸਕੇ ਪਿੰਡ ਦੇ ਵਿੱਚ, ਪਿੰਡ ਦੇ ਬਾਹਰ ਬਾਹਰ ਹੀ ਆਪਣਾ ਸਥਾਨ ਹੈ। ਸੋ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ, ਕੋਈ ਦੁਖੀ ਹੈ ਉਹਨੂੰ ਆਪਾਂ ਸੁਖੀ ਕਰ ਸਕੀਏ। ਬਾਕੀ ਵਿਰੋਧੀ ਤਾਂ ਸਾਰਿਆਂ ਦੀ ਹੁੰਦੇ ਆ, ਤੁਹਾਨੂੰ ਪਤਾ ਹੀ ਹੈ। ਕਿਸੇ ਪਿੰਡ ਦੇ ਵਿੱਚ ਜਦੋਂ ਕੋਈ ਬੰਦਾ ਆਪਣੀ ਮਿਹਨਤ ਕਰਕੇ ਕਿਸੇ ਆਪਣੇ ਮੁਕਾਮ 'ਤੇ ਪਹੁੰਚਣ ਲੱਗਦਾ ਤਾਂ ਉਹਦੀਆਂ ਲੱਤਾਂ ਖਿੱਚਣ ਵਾਲੇ ਸਾਰੇ ਤਰ੍ਹਾਂ ਦੀ ਹੁੰਦੇ ਆ, ਹੈ ਨਾ।
ਤਾਂ ਉਹ ਸਾਡੇ ਵੀ ਹੈਗੇ ਆ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਤੋ ਇਸ ਕਰਕੇ ਹਰ ਇੱਕ ਬੰਦੇ ਦੇ ਵਿਰੋਧੀ ਹੁੰਦੇ ਆ। ਕਾਮਯਾਬ ਜਦੋਂ ਬੰਦਾ ਹੋਣ ਲੱਗਦਾ ਫਿਰ ਉਹਦੀਆਂ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ। ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਜ਼ਰੂਰ ਸੁਚੇਤ ਰਹਿਣਾ ਆਪਾਂ ਨੇ, ਗਲਤ ਚੀਜ਼ਾਂ ਤੋਂ ਜ਼ਰੂਰ ਸੁਚੇਤ ਰਹਿਣਾ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।